ਸਤਿ ਸ਼੍ਰੀ ਅਕਾਲ ਦੋਸਤੋ, ਚੈਨਲ ਪੰਜਾਬ ਨਿਊਜ਼ ਅਪਡੇਟ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ, ਜੀ ਆਇਆਂ ਨੂੰ ਜਿਸ ਵੇਲੇ ਦੀ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜੀ। ਸੂਡਾਨ ਦੇ ਵਿੱਚ ਹੋਈਆਂ ਝੜਪਾਂ ਦੌਰਾਨ ਘੱਟੋ ਘੱਟ 180 ਲੋਕ ਮਾਰੇ ਗਏ ਅਤੇ 1800 ਲੋਕ ਜ਼ਖਮੀ। ਸੂਡਾਨ ਦੇ ਵਿੱਚ ਇੰਨੀ ਦਿਨੀ ਫੌਜ ਅਤੇ ਨੀਮ ਫੌਜੀ ਬਲਾਂ ਵਿਚਾਲੇ ਸੱਤਾਂ ਦੇ ਲਈ ਸੰਘਰਸ਼ ਚੱਲ ਰਿਹਾ ਜਿਸ ਦੌਰਾਨ ਭਾਰੀ ਜਾਨੀ ਅਤੇ ਮਾਲੀ ਨੁਕਸਾਨ ਹੋਇਆ। ਸੰਘਰਸ਼ ਦੇ ਵਿੱਚ 180 ਲੋਕਾਂ ਦੀ ਮੌਤ ਹੋ ਚੁੱਕੀ ਆ। ਸੂਡਾਨ 'ਤੇ ਸੱਤਾ 'ਤੇ ਕਬਜ਼ਾ ਕਰਨ ਨੂੰ ਲੈ ਕੇ ਫੌਜ ਅਤੇ ਸੁਰੱਖਿਆ ਬਲਾਂ ਵਿਚਾਲੇ ਟਕਰਾਅ ਵੱਧਦਾ ਜਾ ਰਿਹਾ ਜੀ। ਸੰਘਰਸ਼ ਹੁਣ ਵੱਖ ਵੱਖ ਖੇਤਰਾਂ ਵਿੱਚ ਫੈਲ ਰਿਹਾ ਹੈ। ਭਾਰਤੀ ਦੂਤਾਵਾਸ ਵੱਲੋਂ ਇਸ ਸੰਬੰਧ ਦੇ ਵਿੱਚ ਭਾਰਤੀਆਂ ਲਈ ਇੱਕ ਐਡਵਾਈਜ਼ਰੀ ਜਾਰੀ ਕੀਤੀ ਗਈ। ਇਸ ਦੇ ਨਾਲ ਹੀ ਮੰਤਰਾਲੇ ਨੇ ਸੂਡਾਨ ਵਿੱਚ ਫਸੇ ਭਾਰਤੀਆਂ ਬਾਰੇ ਜਾਣਕਾਰੀ ਦੇਣ ਦੇ ਲਈ ਫੋਨ ਨੰਬਰ ਵੀ ਸਾਂਝਾ ਕਰ ਦਿੱਤਾ ਹੈ। ਅਤੇ ਝੜਪਾਂ ਦੇ ਦੌਰਾਨ ਘੱਟੋ ਘੱਟ 180 ਲੋਕ ਮਾਰੇ ਗਏ ਨੇ, 1800 ਲੋਕ ਜ਼ਖਮੀ ਹੋ ਗਏ ਨੇ। ਸੂਡਾਨ ਵਿੱਚ ਸੰਯੁਕਤ ਰਾਸ਼ਟਰ ਦੇ ਰਾਜਦੂਤ ਵੋਲਕਰ ਪਰਥੀਸ ਨੇ ਇਹ ਜਾਣਕਾਰੀ ਦਿੱਤੀ। ਮੀਡੀਆ ਰਿਪੋਰਟ ਅਨੁਸਾਰ ਲੜਾਈ ਨੇ ਰਾਜਧਾਨੀ ਖਾਰਤੂਮ ਦੇ 5 ਮਿਲੀਅਨ ਵਸਨੀਕਾਂ ਵਿੱਚੋਂ ਬਹੁਤਿਆਂ ਨੂੰ ਘਰ ਵਿੱਚ ਬਿਜਲੀ ਨਾ ਪਾਣੀ ਤੋਂ ਬਿਨਾਂ ਛੱਡ ਦਿੱਤਾ ਹੈ। ਖਾਰਤੂਮ ਦੇ ਉੱਤਰ ਪੂਰਬ ਵਿੱਚ ਇੱਕ ਪ੍ਰਮੁੱਖ ਮੈਡੀਕਲ ਕੇਂਦਰ ਸਮੇਤ ਮੈਡੀਕਲ ਸਹੂਲਤਾਂ ਨੂੰ ਨਿਸ਼ਾਨਾ ਬਣਾਇਆ ਗਿਆ। ਗੋਲੀ ਬਾਰੀ ਕੀਤੀ ਗਈ, ਇਸ ਨੂੰ ਬਾਹਰ ਕੱਢ ਕੇ ਬੰਦ ਕਰ ਦਿੱਤਾ ਹੈ। ਇਸ ਰਿਪੋਰਟਾਂ ਮੁਤਾਬਕ ਦਰਜਨ ਤੋਂ ਵੱਧ ਹਸਪਤਾਲ ਬੰਦ ਕਰ